ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਿਹਾ ਸੀ ਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ, ਵੈਸੇ ਵੀ ਨੋਰਮਲ ਸਾਨੂੰ ਇੰਝ ਹੀ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਤੁਹਾਡਾ ਖੜਾ। ਇੱਕ ਦਿਨ ਮੈਂ ਮਹਿਤਾਬ ਨੂੰ ਕਿਹਾ ਵੀ ਮੈਂ ਮਹਿਤਾਬ ਇੰਝ ਲੱਗ ਜਾਂਦਾ ਜਿਵੇਂ ਆਪਾਂ ਇੱਕ ਦੂਜੇ ਤੇ ਦੁਸ਼ਮਣ ਜਿਹਾ ਹੋ ਗਿਆ ਆਪਣੀ ਫਿਲਮ ਕਰਦੇ ਹਾਂ। ਸਾਰੇ ਦੇ ਸਾਰੇ ਕਰੈਕਟਰ ਇੰਨੇ ਸਾਡੇ ਤੇ ਹਾਵੀ ਹੋ ਗਏ ਸੀ ਕਿ ਅਸੀਂ ਸੈੱਟ ਦੇ ਉੱਤੇ ਵੀ ਇਹ ਅਲੱਗ ਮੰਜਾ ਕੁਰਸੀਆਂ ਡਾ ਕੇ ਬੈਠਦੇ ਸੀ, ਅਸੀਂ ਅਲੱਗ ਬੈਠਦੇ ਸੀ, ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਭਾਵਨਾਵਾਂ ਨਹੀਂ ਰੱਖੀਆਂ। ਬਹੁਤ ਰੀਅਲ ਫੀਲ ਹੁੰਦਾ ਤੇ ਜਿਵੇਂ ਮੈਮ ਨੇ ਦੱਸਿਆ ਕਿ ਏਦਾਂ ਲੱਗ ਰਿਹਾ ਸੀਗਾ ਕਨਫਲਿਕਟ ਸੱਚੀ 'ਚ ਹੈਗੀ ਹੈ ਤੇ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਆ। ਬਹੁਤ ਵਾਰ ਏਦਾਂ ਹੋਇਆ ਸੀਗਾ ਕਿ ਜਿਵੇਂ ਮੈਂ ਮਹਿਤਾਬ ਐਂਡ ਕਰਮਜੀਤ ਸਰ, ਘੁੱਗੀ ਸਰ, ਨਿਰਮਲ ਰਿਸ਼ੀ ਮੈਮ, ਸਾਡੀ ਇੱਕ ਟੀਮ ਹੁੰਦੀ ਹੈ ਤੇ ਅਨੀਤਾ ਮੈਮ, ਨਿਸ਼ਾ ਮੈਮ ਤੇ ਸੰਗਾ ਜੀ ਦੀ ਇੱਕ ਟੀਮ ਹੁੰਦੀ ਹੈ। ਸਾਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਸੱਚੀ 'ਚ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਹੈਗੇ ਹਾਂ, ਕਿਉਂਕਿ ਮੈਂ ਜਦੋਂ ਵੀ ਕਿਤੇ ਜਾਂਦੀ ਸੀ ਮੈਨੂੰ ਸਾਰੇ ਇਹੀ ਪੁੱਛਦੇ ਹੁੰਦੇ ਸੀ ਕਿ ਸੱਸ ਕੁੱਟਣੀ 2 ਤੁਹਾਡੀ ਕਦੋਂ ਆਉਣੀ ਆ, ਕਿਉਂਕਿ ਫਸਟ ਬੱਚੇ ਬੱਚੇ ਨੇ ਦੇਖੀ ਹੈ ਤੇ ਬਹੁਤ ਵੱਡੀ ਹਿੱਟ ਰਹੀ ਹੈ। ਇੱਕ ਵਾਰੀ ਸਾਰੇ ਜਣੇ ਸੱਸ ਕੁੱਟਣੀ 1 ਦੇ ਨਾਂ 'ਤੇ ਦਾੜੀ ਮਾਰ, ਸਾਰੀ ਟੀਮ ਜਦੋਂ ਅਸੀਂ ਫਿਲਮ ਨੂੰ ਕਰ ਰਹੇ ਸੀਗੇ ਤਾਂ ਸੱਚੀ ਮੁੱਚੀ ਬਹੁਤ ਸਾਰੇ ਦਿਨ ਇੰਝ ਦੇ ਵੀ ਲੰਘੇ ਜਦੋਂ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਿਹਾ ਸੀ ਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ, ਵੈਸੇ ਵੀ ਨੋਰਮਲ ਸਾਨੂੰ ਇੰਝ ਹੀ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਤੁਹਾਡਾ ਖੜਾ। ਤੇ ਇੱਕ ਦਿਨ ਮੈਂ ਮਹਿਤਾਬ ਨੂੰ ਕਿਹਾ ਵੀ ਮੈਂ ਮਹਿਤਾਬ ਇੰਝ ਲੱਗ ਜਾਂਦਾ ਜਿਵੇਂ ਆਪਾਂ ਇੱਕ ਦੂਜੇ ਤੇ ਦੁਸ਼ਮਣ ਜਿਹਾ ਹੋ ਗਿਆ ਆਪਣੀ ਫਿਲਮ ਕਰਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਫਿਲਮ ਨੂੰ ਕਰਦੇ ਹੋ ਉਸ ਜਰਨੀ ਦੇ ਡਿਊਰਿੰਗ ਜਿਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਫੀਲ ਕਰਦੇ ਹੋ, ਜਿਹੜੀ ਮੁਹੱਬਤ ਜਿਹੜੀ ਨਫ਼ਰਤ ਅਸੀਂ ਫੀਲ ਕੀਤੀ ਇਸ ਸੈਕਿੰਡ ਪਾਰਟ ਨੂੰ ਕਰਦੇ ਹਾਂ, ਉਹੀ ਫਿਲਮ ਦੇ ਵਿੱਚ ਤੁਹਾਨੂੰ ਦਿਸੂਗੀ, ਕਿਉਂਕਿ ਉਹ ਅਦਾਕਾਰੀ ਸਿਰਫ ਕੈਮਰੇ ਦੇ ਸਾਹਮਣੇ ਨਹੀਂ ਸੀ, ਉਹ ਇੰਨਾ ਕੁਝ ਜਜ਼ਬ ਹੋ ਗਿਆ ਸੀ, ਉਹ ਸਾਰੇ ਦੇ ਸਾਰੇ ਕਰੈਕਟਰ ਇੰਨੇ ਸਾਡੇ 'ਤੇ ਹਾਵੀ ਹੋ ਗਏ ਸੀ ਕਿ ਅਸੀਂ ਸੈੱਟ ਦੇ ਉੱਤੇ ਵੀ ਇਹ ਅਲੱਗ ਮੰਜਾ ਕੁਰਸੀਆਂ ਡਾ ਕੇ ਬੈਠਦੇ ਸੀ, ਅਸੀਂ ਅਲੱਗ ਬੈਠਦੇ ਸੀ, ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਭਾਵਨਾਵਾਂ ਨਹੀਂ ਰੱਖੀਆਂ ਤੇ ਬਹੁਤ ਦੁਸ਼ਮਣੀ ਨਿਭਾਈ। ਉਹ ਦੁਸ਼ਮਣੀ ਤੁਸੀਂ ਸਕਰੀਨ 'ਤੇ ਵੀ ਵੇਖੋਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛੀ ਲੱਗੂਗੀ। ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ, ਇਸ ਵਾਰੀ ਦੀ ਜਿਹੜੀ ਫਿਲਮ ਹੈ ਇਹਦੇ 'ਚ ਕੁਛ ਹੋਰ ਨਵੇਂ ਚਿਹਰੇ, ਸਾਡੇ ਪੰਜਾਬੀ ਇੰਡਸਟਰੀ ਦੇ ਹੋਰ ਖੂਬਸੂਰਤ ਕਲਾਕਾਰ ਜਿਹੜੇ ਨੇ ਉਹ ਇਹਦਾ ਹਿੱਸਾ ਬਣੇ ਨੇ, ਮਲਕੀਤ ਰਾਣੀ ਜੀ, ਹਰਬੀ ਸਾਂਗਾ, ਰੂਪੀ ਮੈਮ, ਸੁਖਵਿੰਦਰ ਰਾਜ ਅਤੇ ਹੋਰ ਬੱਚੇ ਨੇ ਸਾਡੇ ਕੋਲ ਜਿਹੜੇ ਇਸ ਫਿਲਮ ਨੂੰ ਜਿਨ੍ਹਾਂ ਨੇ ਹੋਰ ਜ਼ਿਆਦਾ ਆਪਣੀ ਅਦਾਕਾਰੀ ਦੇ ਨਾਲ ਆਪਣੀ ਪ੍ਰੈਜੈਂਸ ਦੇ ਨਾਲ ਰਿਚ ਕੀਤਾ। ਇਹ ਫਿਲਮ ਜਿਹੜੀ ਆ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਮਾਈਲ ਸਟੋਨ ਆ ਅਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਇਸ ਚੀਜ਼ ਨੂੰ ਫਿਰ ਅੱਗੇ ਕੰਟੀਨਿਊ ਕਰੀਏ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਇਸੇ ਤਰ੍ਹਾਂ ਸਾਨੂੰ ਬਹੁਤ ਸਾਰਾ ਪਿਆਰ ਦਿਓਗੇ। ਤੁਹਾਡੇ ਸਾਰਿਆਂ ਲਈ ਬਹੁਤ ਸਤਿਕਾਰ, ਫਿਲਮ ਜ਼ਰੂਰ ਦੇਖਣ ਆਇਓ, ਜਿਵੇਂ ਮੋਹਿਤ ਹੋਣਾ ਨੇ ਕਿਹਾ ਹੈ ਟ੍ਰੇਲਰ ਨਾਲੋਂ ਵੀ ਜ਼ਿਆਦਾ ਮਜ਼ਾ ਤੁਹਾਨੂੰ ਫਿਲਮ ਦੇਖ ਕੇ ਆਏਗਾ। ਸੋ ਅਸੀਂ ਇੰਤਜ਼ਾਰ ਕਰ ਰਹੇ ਹਾਂ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਵੈਲਕਮ ਐਵਰੀਵਨ। ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ ਟ੍ਰੇਲਰ। ਹਾਊ ਵਾਜ਼ ਇਟ, ਇੱਕ ਵਾਰ ਖੁਦ ਦੱਸ ਦਿਓ। ਬਹੁਤ ਇੰਤਜ਼ਾਰ ਕੀਤਾ ਅਸੀਂ ਇਸ ਫਿਲਮ ਲਈ, ਫਾਈਨਲੀ ਅੱਜ ਟ੍ਰੇਲਰ ਆਇਆ ਅਤੇ ਸਾਨੂੰ ਸੁੱਖ ਦਾ ਸਾਹ ਆਇਆ। ਮੈਨੂੰ ਇੰਨੀ ਪਿਆਰੀ ਟੀਮ ਮਿਲੀ ਹੈ, ਇੰਨੀ ਪਿਆਰੀ ਸੱਸ ਮੇਰੀ ਔਨ ਸਕਰੀਨ ਅਤੇ ਇੰਨੀ ਪਿਆਰੀ ਫੈਮਿਲੀ ਮੈਨੂੰ, ਸਾਰੇ ਆਰਟਿਸਟ, ਮਤਲਬ ਇੱਦਾਂ ਲੱਗਦਾ ਹੀ ਨਹੀਂ ਹੈ ਕਿ ਆਪਾਂ ਫੈਮਿਲੀ ਵਾਂਗ ਜਿਵੇਂ ਨਾ ਹੋਈਏ, ਇੱਦਾਂ ਲੱਗਦਾ ਕਿ ਆਪਾਂ ਇੱਕ ਹੀ ਘਰ ਦੇ ਬੰਦੇ ਹਾਂ ਅਤੇ ਬਹੁਤ ਰੀਅਲ ਫੀਲ ਹੁੰਦਾ। ਅਤੇ ਜਿਵੇਂ ਮੈਮ ਨੇ ਦੱਸਿਆ ਕਿ ਇੱਦਾਂ ਲੱਗ ਰਿਹਾ ਸੀਗਾ ਕਨਫਲਿਕਟ ਸੱਚੀ 'ਚ ਹੈਗੀ ਹੈ ਅਤੇ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਆ। ਬਹੁਤ ਵਾਰ ਇੱਦਾਂ ਹੋਇਆ ਸੀਗਾ ਕਿ ਜਿਵੇਂ ਮੈਂ ਮਹਿਤਾਬ ਐਂਡ ਕਰਮਜੀਤ ਸਰ, ਘੁੱਗੀ ਸਰ, ਨਿਰਮਲ ਰਿਸ਼ੀ ਮੈਮ, ਸਾਡੀ ਇੱਕ ਟੀਮ ਹੁੰਦੀ ਹੈ ਅਤੇ ਅਨੀਤਾ ਮੈਮ, ਨਿਸ਼ਾ ਮੈਮ ਅਤੇ ਸੰਗਾ ਜੀ ਦੀ ਇੱਕ ਟੀਮ ਹੁੰਦੀ ਹੈ। ਸਾਨੂੰ ਇੱਦਾਂ ਲੱਗਦਾ ਸੀਗਾ ਕਿ ਸੱਚੀ 'ਚ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਹੈਗੇ ਹਾਂ ਅਤੇ ਉਹ ਚੀਜ਼ ਤੁਹਾਨੂੰ ਐਕਚੁਅਲ 'ਚ ਰੀਅਲ 'ਚ ਦੇਖਣ ਨੂੰ ਮਿਲੂਗੀ ਪਰਦੇ 'ਤੇ।
ਬਾਕੀ ਮੋਹਿਤ ਇਜ਼ ਐਨ ਅਮੇਜ਼ਿੰਗ ਰਾਈਟਰ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਹੀ ਇਜ਼ ਮਾਈ ਹਸਬੈਂਡ, ਬਟ ਸੱਚੀ ਐਜ਼ ਅ ਇਨਸਾਨ, ਐਜ਼ ਅ ਹਿਊਮਨ ਕਹਿ ਰਹੀ ਹਾਂ, ਮੈਂ ਆਰਟ ਦੀ ਕਦਰ ਕਰਦੀ ਹਾਂ, ਸੋ ਉਸ ਪੁਆਇੰਟ ਆਫ ਵਿਊ ਤੋਂ ਹੀ ਇਜ਼ ਐਨ ਅਮੇਜ਼ਿੰਗ ਡਾਇਰੈਕਟਰ, ਹੀ ਇਜ਼ ਐਨ ਅਮੇਜ਼ਿੰਗ ਰਾਈਟਰ, ਐਂਡ ਜਿੰਨੇ ਵੀ ਆਰਟਿਸਟ ਇੰਨੇ ਪਿਆਰੇ ਪਿਆਰੇ ਬੱਚੇ ਨਾਲ ਜੁੜੇ ਨੇ ਇਸ ਵਾਰ ਸਾਡੀ ਫਿਲਮ 'ਚ, ਥੈਂਕ ਯੂ ਸੋ ਮੱਚ ਸਾਰਿਆਂ ਦਾ, ਕਿਉਂਕਿ ਇੱਕ ਫਿਲਮ ਨੂੰ ਬਣਾਉਣ ਦੇ ਪਿੱਛੇ ਜਸਟ ਇਕੱਲਾ ਡਾਇਰੈਕਟਰ, ਰਾਈਟਰ, ਆਰਟਿਸਟ, ਮਤਲਬ ਇਕੱਲੇ ਇਕੱਲੇ ਬੰਦੇ ਦੀ ਅਹਿਮੀਅਤ ਹੁੰਦੀ ਹੈ, ਲਾਈਟ ਮੈਨ ਤੋਂ ਲੈ ਕੇ, ਸਪੋਰਟ ਤੋਂ ਲੈ ਕੇ, ਲਾਈਕ ਐਵਰੀਬਡੀ ਇਜ਼ ਇੰਪੋਰਟੈਂਟ, ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨੀ ਪਿਆਰੀ ਫਿਲਮ, ਇੰਨੀ ਵਧੀਆ ਫਿਲਮ ਬਣਾਈ ਹੈ, ਸੋ ਮੈਂ ਹੁਣ ਵੇਟ ਨਹੀਂ ਕਰ ਸਕਦੀ ਕਿ ਕਦੋਂ 7 ਜੂਨ ਆਏ ਅਤੇ ਤੁਸੀਂ ਸਾਰੇ ਜਣੇ ਸਾਡੀ ਫਿਲਮ ਦੇਖੋ, ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਜ ਕੇ ਜਕਾਰਾ ਬੁਲਾਓ, ਇੱਕ ਵਾਰੀ ਪਤਾ ਲੱਗ ਜਾਏ, ਇੱਕ ਵਾਰੀ ਤਾੜੀ ਮਾਰ ਦਿਓ ਅਤੇ ਦੱਸੋ ਟ੍ਰੇਲਰ ਕਿਵੇਂ ਲੱਗਿਆ। ਮਾੜੀ ਜੀ ਐਨਰਜੀ ਚਾਹੀਦੀ ਹੈ ਸਾਰੇ, ਅਸੀਂ ਤੁਹਾਡੇ ਕਰਕੇ ਆਏ ਹਾਂ, ਖੁੱਲ੍ਹ ਕੇ ਤਾੜੀ ਮਾਰੋ, ਇੱਕ ਵਾਰੀ ਪਤਾ ਲੱਗੇ ਆਪਾਂ ਬੈਠੇ ਹਾਂ ਯਾਰ। ਸੋ ਤੁਸੀਂ ਟ੍ਰੇਲਰ ਦੇਖਿਆ ਨਹੀਂ, ਮੈਂ ਸੱਸ ਕੁੱਟਣੀ 2 ਪਹਿਲੀ ਫਿਲਮ ਨੂੰ ਤੁਸੀਂ ਬੇਸ਼ੁਮਾਰ ਪਿਆਰ ਦਿੱਤਾ ਸੀ। ਜਦੋਂ ਕੋਈ ਫਿਲਮ ਪ੍ਰਵਾਨ ਚੜ੍ਹਦੀ ਹੈ, ਸਰੋਤੇ ਪਿਆਰ ਦਿੰਦੇ ਨੇ, ਤਾਂ ਹੀ ਉਹਦਾ ਦੂਜਾ ਪਾਰਟ ਬਣਦਾ। ਹੁਣ ਸਾਨੂੰ ਐਂ ਲੱਗਦਾ ਕਿ ਤੁਸੀਂ ਇਸ ਫਿਲਮ ਨੂੰ ਵੀ ਉਹਦੇ ਨਾਲੋਂ ਵੱਧ ਪਿਆਰ ਦਿਓਗੇ, ਕਿਉਂਕਿ ਸਮਾਜ ਦੇ ਵਿੱਚ ਜੋ ਜੋ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ, ਜੋ ਵੀ ਸਰਪੰਚੀ ਜਾਂ ਨੰਬਰਦਾਰੀ ਜਾਂ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਹਾਂ। ਸੋਸ਼ਲ ਮੈਸੇਜ ਵੀ ਤੁਹਾਨੂੰ ਜ਼ਰੂਰ ਮਿਲੂਗਾ, ਅਤੇ ਅਸੀਂ ਕੋਸ਼ਿਸ਼ ਕੀਤੀ ਹੈ, ਬਾਕੀ ਜਿੰਨੀ ਵੀ ਸਾਡੀ ਸਟਾਰ ਕਾਸਟ ਆ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸ਼ੂਟਿੰਗ ਦੇ ਵਿੱਚ ਬਹੁਤ ਵਧੀਆ ਮਾਹੌਲ ਸੀ, ਅਤੇ ਇੰਨੇ ਵਧੀਆ ਫਨਕਾਰਾਂ ਦੇ ਨਾਲ ਅਸੀਂ ਦੋਨਾਂ ਨੇ, ਅਸੀਂ ਨਵੇਂ ਸੀ ਮੈਂ ਅਤੇ ਤਨਵੀ, ਅਸੀਂ ਕੰਮ ਕੀਤਾ, ਸਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਿਆ, ਅਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅੱਗੇ ਵੀ ਆਪਾਂ ਇੱਦਾਂ ਦਾ ਸੱਚਾ ਕੰਮ ਅਤੇ ਪਰਿਵਾਰਕ ਕੰਮ ਕਰਦੇ ਰਹੀਏ, ਅਤੇ ਬਾਕੀ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ, ਤੁਹਾਡਾ ਸਾਰਿਆਂ ਦਾ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਸੀਂ ਸਾਰੇ ਜਣੇ ਇੱਥੇ ਆਏ ਹੋ, ਅਤੇ ਜਿੰਨੀ ਐਕਸਾਈਟਮੈਂਟ ਤੁਹਾਨੂੰ ਸਾਰਿਆਂ ਨੂੰ ਸੀ ਕਿ ਪਾਰਟ 2 ਕਦੋਂ ਆਊਗਾ ਸੱਸ ਕੁੱਟਣੀ 2 ਦਾ, ਓਨੀ ਹੀ ਮੈਨੂੰ ਸੀ, ਕਿਉਂਕਿ ਮੈਂ ਜਦੋਂ ਵੀ ਕਿਤੇ ਜਾਂਦੀ ਸੀ ਮੈਨੂੰ ਸਾਰੇ ਇਹੀ ਪੁੱਛਦੇ ਹੁੰਦੇ ਸੀ ਕਿ ਸੱਸ ਕੁੱਟਣੀ 2 ਤੁਹਾਡੀ ਕਦੋਂ ਆਉਣੀ ਆ, ਕਿਉਂਕਿ ਫਸਟ ਬੱਚੇ ਬੱਚੇ ਨੇ ਦੇਖੀ ਆ ਅਤੇ ਬਹੁਤ ਵੱਡੀ ਹਿੱਟ ਰਹੀ ਹੈ। ਇੱਕ ਵਾਰੀ ਸਾਰੇ ਜਣੇ ਸੱਸ ਕੁੱਟਣੀ 1 ਦੇ ਨਾਂ 'ਤੇ ਤਾੜੀ ਮਾਰ ਦਿਓ, ਥੈਂਕ ਯੂ ਸੋ ਮੱਚ। ਅਤੇ ਜਿੱਦਾਂ ਮਹਿਤਾਬ ਨੇ ਦੱਸਿਆ, ਕਹਿੰਦੇ ਮੈਂ ਅਤੇ ਤਨਵੀ ਨਵੇਂ ਨਵੇਂ ਇਹਨਾਂ ਨਾਲ, ਤੁਸੀਂ ਨਵੇਂ ਨਵੇਂ ਪਹਿਲਾਂ ਵਾਲੀ 'ਚ ਸੀ, ਹੁਣ ਤੁਸੀਂ ਨਵੇਂ ਨਹੀਂ ਕਹਿ ਸਕਦੇ। ਅਤੇ ਕਾਸਟ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਕਾਸਟ ਇੱਦਾਂ ਦੀ ਹੈ ਜਿਹੜੀ ਲਾਈਕ ਇੱਕ ਫੈਮਿਲੀ, ਜਦੋਂ ਸਾਨੂੰ ਇੱਕ ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਸਾਨੂੰ ਚਾਅ ਚੜ੍ਹ ਜਾਂਦਾ ਕਿ ਅੱਛਾ ਯਾਰ ਅਸੀਂ ਉਹਨਾਂ ਨਾਲ ਕੰਮ ਕਰਨਾ, ਅਤੇ ਸਾਨੂੰ ਨਹੀਂ ਪਤਾ ਲੱਗਿਆ ਕਿ ਸ਼ੂਟ ਦੇ ਦਿਨ ਸਾਡੇ ਕਿੱਦਾਂ ਨਿਕਲ ਗਏ। ਅਸੀਂ ਦਿਨੇ ਪਹਿਲਾਂ ਕੰਮ ਕਰਦੇ ਸੀ ਅਤੇ ਸ਼ਾਮ ਨੂੰ ਅਸੀਂ ਇੱਕ ਦੂਜੇ ਦੀਆਂ ਅਮੈਨਿਟੀਆਂ 'ਚ ਬਹਿ ਕੇ ਇਕੱਠੇ ਖਾਣਾ ਖਾਣਾ, ਫਨ ਕਰਨਾ, ਹੈ ਨਾ। ਅਤੇ ਸੈੱਟ 'ਤੇ ਅਸੀਂ ਬਿਲਕੁਲ ਵਿਰੋਧੀ ਦਲ ਹੀ ਸੀ ਇੱਕ ਦੂਜੇ ਦਾ, ਜਿੱਦਾਂ ਅਨੀਤਾ ਮੈਮ ਨੇ ਕਿਹਾ ਸਾਡੀ ਬੀ ਟੀਮ ਤੁਸੀਂ ਕਹਿ ਸਕਦੇ ਹੋ, ਉਹਨਾਂ ਦੀ ਏ ਟੀਮ ਆ। ਅਤੇ ਬਟ ਲਾਸਟ ਦੇ ਉੱਪਰ ਪਿਆਰ ਪੈ ਜਾਂਦਾ, ਪਰ ਮੈਂ ਬਹੁਤ ਟਰਾਈ ਕੀਤਾ ਕਿ ਇਹ ਸੱਸ ਨੂੰਹਾਂ ਦੀ ਨਾ ਬਣੇ, ਪਰ ਇਹ ਕਿੱਥੇ ਟਲਦੀਆਂ ਨੇ ਤੁਹਾਨੂੰ ਪਤਾ ਹੀ ਆ ਨਾ, ਆਖਿਰ ਦੇ ਉੱਪਰ ਸੱਸ ਨੂੰਹਾਂ ਇੱਕ ਦੂਜੇ ਦੀਆਂ ਹੁੰਦੀਆਂ, ਧੀ ਤਾਂ ਧੀ ਹੁੰਦੀ ਆ ਨਾ ਫਿਰ। ਚਲੋ ਜੀ, ਹੋਪ ਤੁਸੀਂ ਸਾਰੇ ਜਣੇ ਪਸੰਦ ਕਰੋਗੇ, ਕਿਉਂਕਿ ਬਹੁਤ ਮਿਹਨਤ ਕੀਤੀ ਹੈ। ਅਤੇ ਇੱਥੇ ਮੈਂ ਮੋਹਿਤ ਦੀ ਪ੍ਰੇਜ਼ ਕਰੂੰਗੀ ਕਿ ਮੋਹਿਤ ਨੇ ਬਹੁਤ ਸੋਹਣੀ ਫਿਲਮ ਲਿਖੀ ਆ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਡਾਇਰੈਕਟ ਕੀਤੀ ਆ। ਅਤੇ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ, ਅਤੇ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਲਮ ਕਿੱਦਾਂ ਦੀ ਹੋਣੀ ਆ। ਅਤੇ ਜੇ ਤੁਹਾਨੂੰ ਟ੍ਰੇਲਰ ਚੰਗਾ ਲੱਗਿਆ, ਇੱਕ ਵਾਰੀ ਟ੍ਰੇਲਰ ਦੇ ਨਾਂ 'ਤੇ ਤਾੜੀ ਮਾਰ ਦਿਓ। ਥੈਂਕ ਯੂ ਸੋ ਮੱਚ ਜੀ, ਜਿਉਂਦੇ ਵਸਦੇ ਰਹੋ।